ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਅੰਤਰ ਅਗਿਆਨ ਭਈ ਮਤ ਮਤਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਅੰਤਰ ਆਗਿਆਨ ਭਈ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੈ ਖਪਾਈ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ ਤਾਂ, ਨਾਨਕ ਸ਼ਬਦ ਸਮਾਹੀ। ਮਹਲਾ ਚੌਥਾ। ਮਨਮੁਖ ਮਾਇਆ ਮੋਹੇ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ। ਅਨ ਦਿਨ ਜਲਤ ਰਹਿ ਦਿਨ ਰਾਤੀ, ਹਉਮੈ ਖਪੈ ਖਪਾਏ। ਅੰਤਰ ਲੋਭ ਮਹਾ ਗੁਬਾਰਾ, ਤਿਨਕੈ ਨਿਕਟ ਨ ਕੋਈ ਜਾਏ। ਹੋਏ ਆਪ ਦੁਖੀ ਸੁਖ ਕਬੂ ਨ ਪਾਵੈ, ਜਨਮ ਮਰੈ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ ਸੇ ਵਿਚੱਖਣ ਜੰਤ, ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾਂ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ ਸੇ ਵਿਚੱਖਣ ਜੰਤ, ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਸਲੋਕ ਹਨ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਮਨਮੁੱਖ ਦੇ ਹਿਰਦੇ ਵਿੱਚ ਅਗਿਆਨ ਹੈ, ਉਸਦੀ ਅਕਲ ਹੋਛੀ ਹੁੰਦੀ ਹੈ ਅਤੇ ਸਤਿਗੁਰ ਉੱਤੇ ਉਸ ਨੂੰ ਸਿਦਕ ਨਹੀਂ ਹੁੰਦਾ। ਮਨ ਵਿੱਚ ਧੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ
ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। ਮਨਮੁੱਖ ਬੰਦੇ ਆਪ ਦੁਖੀ ਹੁੰਦੇ ਹਨ ਅਤੇ ਹੋਰਨਾਂ ਨੂੰ ਦੁਖੀ ਕਰਦੇ ਹਨ। ਸਤਿਗੁਰੂ ਦਾ ਹੁਕਮ ਉਹਨਾਂ ਦੇ ਵਿੱਚ ਚਿੱਤ ਵਿੱਚ ਨਹੀਂ ਆਉਂਦਾ, ਭਾਵ ਭਾਣਾ ਨਹੀਂ ਮੰਨਦੇ ਅਤੇ ਆਪਣੀ ਗਰਜ ਦੇ ਪਿੱਛੇ ਭਟਕਦੇ ਫਿਰਦੇ ਹਨ। ਹੇ ਨਾਨਕ, ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ। ਮਾਇਆ ਦੇ ਮੋਹ ਵਿੱਚ ਗ੍ਰਸੇ ਹੋਏ ਮਨਮੁੱਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ, ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ। ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ। ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ। ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁੱਕਦਾ, ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਹੇ ਨਾਨਕ, ਜੇ ਉਹ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ। ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ, ਭਗਤ ਹਨ, ਉਹੀ ਕਬੂਲ ਹੁੰਦੇ ਹਨ। ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪ ਭੋਜਨ ਖਾਂਦੇ ਹਨ ਅਤੇ ਸੰਤਾਂ ਦੀ ਚਰਨ ਧੂੜ ਆਪਣੇ ਮੱਥੇ 'ਤੇ ਲਾਉਂਦੇ ਹਨ। ਹੇ ਨਾਨਕ, ਇਹੋ ਜਿਹੇ ਮਨੁੱਖ ਹਰੀ ਦੇ ਭਜਨ ਰੂਪ ਤੀਰਥ 'ਤੇ ਨਹਾਉਂਦੇ ਹਨ ਅਤੇ ਪਵਿੱਤਰ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟੈਡ ਬਾਈ ਅਵਰ ਫੋਰਥ ਗੁਰੂ, ਗੁਰੂ ਰਾਮਦਾਸ ਜੀ, ਅੰਡਰ ਸਲੋਕ ਫੋਰਥ ਮਹਿਲ। ਗੁਰੂ ਸਾਹਿਬ ਜੀ ਸੇ ਦੈਟ ਹੀ ਹੈਜ਼ ਸਪਿਰਿਚੁਅਲ ਇਗਨੋਰੈਂਸ ਵਿਦ ਇਨ ਐਂਡ ਹਿਜ਼ ਇੰਟਲੈਕਟ ਇਜ਼ ਡਲ ਐਂਡ ਡਿਮ। He does not place his faith in the true Guru. He has deceit within himself, and so he sees deception in all others. Through his deceptions, he is totally ruined. The true Guru's will does not enter into his consciousness, and so he wanders around pursuing his own interests. If he grants his grace, then Nanak is absorbed into the word of the Shabad. Fourth Mahal. The self-willed Manmukhs are engrossed in emotional attachment to Maya. In the love of duality, their minds are unsteady night and day. They are burning day and night. They are totally ruined by their egotism. Within them is the total pitch
darkness of greed, and no one even approaches them. They themselves are miserable, and they never find peace. They are born only to die and die again. O Nanak, the true Lord God forgives those who focus their consciousness on the Guru's feet, body. That saint, that devotee is acceptable who is loved by God. Those beings are wise who meditate on the Lord. They eat the food, the treasure of the ambrosial Nam, the name of the Lord. They apply the dust of the feet of the saints to their foreheads. O Nanak, they are purified, bathing in the sacred shine of the Lord. Vaheguru Ji Ka Khalsa, Vaheguru Ji Ki Fateh.